ਭਾਗੇ ਪੜਦੇ ਹਾਂ ਜੀ ਨਿਆਂਇਕ ਅਤੇ ਪੁਲਿਸ ਵਿਭਾਗ ਜੁਡੀਸ਼ਰੀ ਤੇ ਪੁਲਿਸ ਡਿਪਾਰਟਮੈਂਟ ਕੋਟਿਲਿਆ ਨੇ ਦਿਵਾਨੀ ਅਤੇ ਫੌਜਦਾਰੀ ਦੋਹਾਂ ਅਦਾਲਤਾਂ ਦੀ ਹੋਣ ਦਾ ਜ਼ਿਕਰ ਕੀਤਾ ਹੈ ਦੇਖੋ ਕਿੰਨੀ ਇੰਟਰਸਟਿੰਗ ਗੱਲ ਆ ਕਿ ਉਸ ਟਾਈਮ ਵਿੱਚ ਵੀ ਸਿਵਲ ਤੇ ਕ੍ਰਿਮੀਨਲ ਕੋਰਟ ਅਲੱਗ-ਅਲੱਗ ਹੁੰਦੀ ਸੀ ਦਿਵਾਨੀ ਤੇ ਫੌਜਦਾਰੀ ਅਦਾਲਤਾਂ ਅਲੱਗ-ਅਲੱਗ ਹੁੰਦੀਆਂ ਸੀ ਇਹ ਕੋਟਿਲਿਆ ਨੇ ਵੀ ਲਿਖਿਆ ਦਿਵਾਨੀ ਅਦਾਲਤਾਂ ਜਿਹੜੀਆਂ ਸਿਵਲ ਕੇਸਸ ਨੂੰ ਦੇਖਦੀਆਂ ਜਿਸ ਤਰ੍ਹਾਂ ਘਰੇਲੂ ਝਗੜੇ ਹੋ ਗਏ ਹਨ ਵਿਆਹ ਨਾਲ ਸੰਬੰਧਿਤ ਤਲਾਕ ਨਾਲ ਸੰਬੰਧਿਤ ਹਨ ਜਾਇਦਾਦ ਨਾਲ ਸੰਬੰਧਿਤ ਤੇ ਫੌਜਦਾਰੀ ਜਿਹੜੇ ਜਿਸ ਤਰ੍ਹਾਂ ਕੋਈ ਕਤਲ ਨਾਲ ਸੰਬੰਧਿਤ ਡਾਕੇ ਨਾਲ ਸੰਬੰਧਿਤ ਰੇਪ ਨਾਲ ਸੰਬੰਧਿਤ ਇਹ ਹੁੰਦੇ ਜੀ ਫੌਜਦਾਰੀ ਮੁਕੱਦਮੇ ਇਹਨਾਂ ਲਈ ਅਲੱਗ-ਅਲੱਗ ਅਦਾਲਤਾਂ ਸੀ ਹਾਈ ਕਾਉਂਨਿਲੀ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਤਰਮ ਮਤੀ ਕਾਰਨ ਕਿਹਾ ਜਾਂਦਾ ਸੀ ਤਰਮ ਮਤੀ ਕਾਰਨ ਤਰਮ ਦਾ ਅਧିକਾਰਨ ਤਰਮ ਅਧିକਾਰਨ ਇਹ ਪੋਸਟ ਸੀ ਚੀਫ ਜਸਟਿਸ ਚੀਫ ਜਸਟਿਸ ਨੂੰ ਤਰਮ ਅਧିକਾਰਨ ਕਿਹਾ ਜਾਂਦਾ ਸੀ ਦੇਖੋ ਉਸ ਟਾਈਮ ਵਿੱਚ ਵੀ ਆਪਣੀ ਕੈਪੀਟਲ ਵਿੱਚ ਇੱਕ ਮੇਨ ਕੋਰਟ ਮੌਜੂਦ ਸੀ ਸੁਪਰੀਮ ਕੋਰਟ ਆ ਮਾਤਿਆਂ ਦੇ ਅਧੀਨ ਸੂਬਾਈ ਰਾਜਧਾਨੀਆਂ ਅਤੇ ਜ਼ਿਲ੍ਹਿਆਂ ਵਿੱਚ ਅਧੀਨ ਅਦਾਲਤਾਂ ਵੀ ਸਨ ਉਸ ਟਾਈਮ ਤੇ ਜਿਹੜੇ ਆਈਏਐਸ ਆਫੀਸਰ ਸੀ ਉਹਨਾਂ ਦੇ ਅਧੀਨ ਸੂਬੇ ਪੱਧਰ ਤੇ ਨਾ ਰਾਜਧਾਨੀਆਂ ਵਿੱਚ ਤੇ ਜ਼ਿਲ੍ਹਿਆਂ ਵਿੱਚ ਵੀ ਹੇ ਅਧਿਨ ਅਦਾਲਤਾਂ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਦੀਆਂ ਕੋਰਟਾਂ ਇੱਕ ਸੈਂਟਰ ਤੇ ਸੁਪਰੀਮ ਕੋਰਟ ਆਫ ਸਟੇਟ ਲੈਵਲ ਤੇ ਆ ਫਿਰ ਡਿਸਟ੍ਰਿਕਟ ਲੈਵਲ ਤੇ ਆ ਇਸ ਤਰ੍ਹਾਂ ਦੀਆਂ ਕੋਰਟਾਂ ਅਦਾਲਤਾਂ ਉਸਲਾਂ ਵੀ ਸੀ ਅਪਰਾਧੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ਜਿਵੇਂ ਕਿ ਜੁਰਮਾਨਾ ਲਾਉਣਾ ਕੈਦ ਅੰਗ ਕੱਟਣਾ ਮੌਤ ਦੀ ਸਜ਼ਾ ਆਦਿ ਦਿੱਤੀ ਜਾਂਦੀ ਸੀ ਇਹ ਇੰਟਰਸਟਿੰਗ ਪੁਆਇੰਟ ਆ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਆ ਕਿ ਉਸ ਸਮੇਂ ਅੰਗ ਕੱਟਣਾ ਮੌਤ ਦੀ ਸਜ਼ਾ ਸੀਗੀ ਯਸ ਸੀਗੀ ਤੁਸੀਂ ਇਹ ਨਾ ਸੋਚ ਲਿਓ ਕਿ ਮੌਰੀਅਨ ਦਾ ਰਾਜ ਸੀ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ ਸੀ ਇਸ ਲਈ ਉਹ ਹਿੰਸਾ ਅਹਿੰਸਾ ਦੇ ਪੁਜਾਰੀ ਸੀ ਹਨਾ ਅਹਿੰਸਾ ਨੂੰ ਪ੍ਰੋਮੋਟ ਕਰਦੇ ਸੀ ਤਾਂ ਇਸ ਕਰਕੇ ਖਤਰਨਾਕ ਸਜ਼ਾਵਾਂ ਨਹੀਂ ਹੋਣਗੀਆਂ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਅੰਗ ਕੱਟਣਾ ਮੌਤ ਦੀ ਸਜ਼ਾ ਦੇਣੀ ਇਸ ਤਰ੍ਹਾਂ ਦੀ ਸਜ਼ਾਵਾਂ ਸੀਗੀਆਂ ਉਸ ਟਾਈਮ ਵੀ ਸੱਚਾਈ ਜਾਣਨ ਲਈ ਤਸ਼ੱਦਦ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਜਿਸ ਤਰ੍ਹਾਂ टॉਰਚਰ ਕਰਨਾ ਕਿਸੇ ਮੁਜਰਮ ਨੂੰ ਪੜਿਆ ਤੇ ਉਹਨੂੰ ਕੁੱਟ ਮਾਰ ਕੇ ਸੱਚਾਈ ਉਗਲਾਉਣਾ ਜਿਸ ਤਰ੍ਹਾਂ ਅੱਜ ਕੱਲ ਹੁੰਦਾ ਇਹ ਉਸ ਟਾਈਮ ਵੀ ਸੀ ਸਾਰੇ ਪ੍ਰਮੁੱਖ ਕੇਂਦਰਾਂ ਵਿੱਚ ਪੁਲਿਸ ਸਟੇਸ਼ਨ ਵੀ ਸਨ ਜਿਸ ਤਰ੍ਹਾਂ ਅੱਜ ਉਸ ਤਰ੍ਹਾਂ ਪੁਲਿਸ ਸਟੇਸ਼ਨ ਵੀ ਸਨ ਕੋਟੇਲਿਆ ਅਤੇ ਅਸ਼ੋਕ ਦੋਵਾਂ ਨੇ ਜੇਲ੍ਹਾਂ ਅਤੇ ਜੇਲ੍ਹ ਅਧਿਕਾਰੀਆਂ ਦਾ ਜ਼ਿਕਰ ਵੀ ਕੀਤਾ ਹੈ ਵੀ ਉਸ ਟਾਈਮ ਜੇਲ੍ਹਾਂ ਵੀ ਸੀ ਤੇ ਜੇਲ੍ਹ ਅਧਿਕਾਰੀ ਵੀ ਸੀ ਇਹ ਇਹ ਆਫਸਰ ਵੀ ਸਨ ਕੋਟਿਲੀਯਾ ਦੀ ਲਿਖਤਾਂ ਵਿੱਚ ਵੀ ਤੇ ਅਸ਼ੋਕ ਦੇ ਹੁਕਮਨਾਮਿਆਂ ਵਿੱਚ ਵੀ ਇਹ ਗੱਲਾਂ ਦਾ ਜ਼ਿਕਰ ਮਿਲਦਾ ਹੈ। ਅਸ਼ੋਕ ਦੁਆਰਾ ਤਮ ਮਹਾਮਾਤਰਾ ਨੂੰ ਬੇਇਨਸਾਫੀ ਦੇ ਵਿਰੁੱਧ ਕਦਮ ਚੁੱਕਣ ਲਈ ਕਿਹਾ ਗਿਆ ਸੀ। ਅਸ਼ੋਕ ਦੇ ਜਿਹੜੇ ਆਪਣੇ ਤਰਮ ਮਹਾਮਾਤਰਾ ਸੀ ਨਾ ਜਿਹੜੇ ਅਸ਼ੋਕ ਦੇ ਧੰਮ ਦਾ ਪ੍ਰਚਾਰ ਕਰਦੇ ਸੀ। ਉਹਨਾਂ ਨੂੰ ਬੇਇਨਸਾਫੀ ਦੇ ਵਿਰੁੱਧ ਕਦਮ ਚੁੱਕਣ ਲਈ ਵੀ ਕਿਹਾ ਗਿਆ ਸੀ। ਮੀਨ ਇਸ ਤਰ੍ਹਾਂ ਦੀ ਗੱਲ ਸੀ ਕਾਨੂੰਨ ਪੱਖੋਂ। ਅਸ਼ੋਕ ਦੇ ਸ਼ਿਲਾ ਲੇਖਾਂ ਵਿੱਚ ਕੈਦ ਦੀ ਛੋਟ ਦਾ ਵੀ ਜ਼ਿਕਰ ਮਿਲਦਾ ਹੈ ਕੈਦ ਦੀ ਛੋਟ ਹੈ ਨਾ ਰੀਮਿਸ਼ਨ ਆਫ ਸੈਂਟੈਂਸਸ ਜੇ ਕਿਸੇ ਨੂੰ ਕੈਦ ਆ ਹੋਈ ਆ ਉਸਨੇ ਚੰਗੇ ਕੰਮ ਕੀਤੇ ਬਾਅਦ ਵਿੱਚ ਤੇ ਉਹਨੂੰ ਉਹਦੀ ਕੈਦ ਵਿੱਚ ਕਟੌਤੀ ਵੀ ਕੀਤੀ ਜਾਂਦੀ ਸੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਅੱਗੇ ਗੱਲ ਹੈ ਦੀ ਜਨਗੜਨਾ ਇਹ ਵੀ ਕਾਫੀ ਇੰਟਰਸਟਿੰਗ ਪਹਿਲੂ ਆ ਕਿ ਉਸ ਸਮੇਂ ਜਨਗੜਨਾ ਵੀ ਰੈਗੂਲਰ ਹੁੰਦੀ ਸੀ ਸਮੇਂ-ਸਮੇਂ ਬਾਅਦ ਜਨਗੜਨਾ ਹੁੰਦੀ ਸੀ ਇਸ ਤਰ੍ਹਾਂ ਦੇ ਪਰਮਾਨਾ ਮਿਲੇ ਆ ਮੌਰੀਆ ਕਾਲ ਦੌਰਾਨ ਜਨਗਣਨਾ ਨਿਯਮਿਤ ਰੂਪ ਵਿੱਚ ਹੁੰਦੀ ਸੀ ਰੈਗੂਲਰ ਨਿਯਮਿਤ ਰੂਪ ਵਿੱਚ ਹੁੰਦੀ ਸੀ ਠੀਕ ਪਿੰਡ ਦੇ ਅਧਿਕਾਰੀਆਂ ਨੇ ਕੀ ਕਰਦੇ ਸੀ ਪਿੰਡਾਂ ਤੇ ਜਿਹੜੇ ਆਫੀਸਰ ਸੀ ਉਹ ਕੀ ਕਰਦੇ ਸੀ ਲੋਕਾਂ ਦੀ ਜਾਤ ਕਿਤੇ ਅਤੇ ਹੋਰ ਵੇਰਵਿਆਂ ਦੇ ਨਾਲ ਉਹਨਾਂ ਦੀ ਗਿਣਤੀ ਕਰਨੀ ਹੁੰਦੀ ਸੀ ਉਹਨਾਂ ਦੀ ਜਾਤ ਕੀ ਆ ਉਹਨਾਂ ਦੇ ਕਿਤੇ ਕੀ ਆ ਕਿਹੜੇ-ਕਿਹੜੇ ਕੰਮ ਕਰਦੇ ਆ ਤੇ ਉਹਨਾਂ ਬਾਰੇ ਹੋਰ ਡਾਟਾ ਵੀ ਕਲੈਕਟ ਕੀਤਾ ਜਾਂਦਾ ਸੀ ਉਹ ਹਰੇ ਘਰ ਵਿੱਚ ਜਾਣਕਾਰੀ ਜਾਨਵਰਾਂ ਦੀ ਗਿਣਤੀ ਵੀ ਕਰਦੇ ਸਨ ਕਿੰਨੇ ਐਨੀਮਲ ਆ ਇੱਕ ਘਰ ਵਿੱਚ ਇਹਦੀ ਵੀ ਗਿਣਤੀ ਹੁੰਦੀ ਸੀ ਮਤਲਬ ਚੀਜ਼ਾਂ ਕਾਫੀ ਆਰਗੇਨਾਈਜ਼ ਸੀ ਕਸਬਿਆਂ ਵਿੱਚ ਮਰਦਮ ਸ਼ੁਮਾਰੀ ਮਿਊਨਿਸਪਲ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਸੀ ਸ਼ਹਿਰਾਂ ਵਿੱਚ ਵੀ ਹੁੰਦੀ ਸੀ ਜੀ ਜਨਗਣਨਾ ਇਸ ਵਿੱਚ ਵਿਦੇਸ਼ੀ ਅਤੇ ਦੇਸੀ ਦੋਵਾਂ ਦੀ ਆਬਾਦੀ ਦਾ ਆਉਣ ਜਾਣ ਦਾ ਪਤਾ ਕਰਨਾ ਵੀ ਸ਼ਾਮਿਲ ਸੀ ਮਿਸ ਸ਼ਹਿਰ ਵਿੱਚ ਕਿੰਨੇ ਲੋਕ ਰਹਿੰਦੇ ਆ ਕਿੰਨੇ ਸ਼ਹਿਰ ਦੇ ਆਪਣੇ ਵਸਨੀਕ ਆ ਕਈ ਕਿੰਨੇ ਹੋਲ ਏਰੀਏ ਵਿੱਚੋਂ ਆਏ ਆ ਉੱਥੇ ਰਹਿਣ ਲਈ ਕਿੰਨੇ ਆਉਂਦੇ ਆ ਕਿੰਨੇ ਜਾਂਦੇ ਆ ਇਹ ਸਭ ਪਤਾ ਕਰਨਾ ਹੁੰਦਾ ਸੀ ਸੈਂਸਸ ਵਿੱਚ ਮਰਦਮਚੁਮਾਰੀ ਵਿੱਚ 71 ਕੀਤੇ ਕੇ ਅੰਕੜਿਆਂ ਦੀ ਜਾਸੂਸਾ ਦੁਆਰਾ ਜਾਂਚ ਵੀ ਕੀਤੀ ਜਾਂਦੀ ਸੀ ਜਾਸੂਸ ਹੁਣ ਮੰਨ ਲਓ ਵੀ ਕਿਸੇ ਨੇ ਕੋਈ ਇੱਕ ਅੰਕੜਾ ਦਿੱਤਾ ਕਿ ਇੱਥੇ ਇੰਨੇ ਲੋਕ ਰਹਿੰਦੇ ਆ ਇੰਨੀ ਜਾਤਾਂ ਦੇ ਵਿੱਚ ਵਿੱਚ ਜਸੂਸਾਂ ਦੁਆਰਾ ਇਹ ਪਤਾ ਕੀਤਾ ਜਾਂਦਾ ਸੀ ਵੀ ਕੀ ਇਹ ਦਾ ਅੰਕੜੇ ਸਹੀ ਆ ਕ੍ਰੋਸ ਚੈੱਕ ਵੀ ਕੀਤਾ ਜਾਂਦਾ ਸੀ ਮੌਲੇ ਪ੍ਰਸ਼ਾਸਨ ਵਿੱਚ ਮਰਦਮ شمار ਇੱਕ ਸਥਾਈ ਸੰਸਤਾ ਜਾਪਦੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਉੱਥੇ ਰੈਗੂਲਰ ਰੂਪ ਵਿੱਚ ਸੈਂਸਸ ਹੁੰਦਾ ਸੀ ਮਰਦਮ شمار ਹੀ ਹੁੰਦੀ ਸੀ ਗਿਣਤੀ ਹੁੰਦੀ ਸੀ ਜਨਗਣਨਾ ਕੀਤੀ ਜਾਂਦੀ ਸੀ ਮਰਦਮ شمار ਹੀ ਮਤਲਬ ਸੈਂਸਸ ਅੱਗੇ ਹੈ ਜੀ ਸੂਬਾਈ ਅਤੇ ਸਥਾਨਕ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਦਾ ਸੀ ਮੌਰੀਆ ਸਾਮਰਾਜ ਨੂੰ ਚਾਰ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ ਟੋਟਲ ਚਾਰ ਸਟੇਟਸ ਸੀ ਤੇ ਤਕਸ਼ਲਾ ਉਜੈਨ ਸਵਰਨਗਰੀ ਅਤੇ ਕਲਿੰਗਾ ਇਹਨਾਂ ਦੀਆਂ ਰਾਜਧਾਨੀਆਂ ਸਨ ਠੀਕ ਹੈ ਜੀ ਸੂਬਾਈ ਗਵਰਨਰ ਜ਼ਿਆਦਾਤਰ ਸ਼ਾਹੀ ਪਰਿਵਾਰ ਦੇ ਮੈਂਬਰਾਂ ਵਿੱਚੋਂ ਨਿਯੁਕਤ ਕੀਤੇ ਜਾਂਦੇ ਸਨ ਇੱਕ ਸੂਬਾ ਦਾ ਗਵਰਨਰ ਹੈਡਕォਰਨ ਹੁੰਦਾ ਸੀ ਸ਼ਾਹੀ ਪਰਿਵਾਰ ਜਿਹੜਾ ਰਾਜਾ ਸੀ ਉਹਦੇ ਹੀ ਪਰਿਵਾਰ ਵਿੱਚੋਂ ਗਵਰਨਰ ਨਿਯੁਕਤ ਕੀਤੇ ਜਾਂਦੇ ਸੀ ਆਮ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਔਰ ਸਾਮਰਾਜ ਦੇ ਕਾਨੂੰਨ ਵਿਵਸਥਾ ਦੀ ਸੰਭਾਲ ਕਰਨ ਅਤੇ ਟੈਕਸਾਂ ਦੀ ਉਗਰਾਹੀ ਕਰਨ ਲਾਅ ਐਂਡ ਆਰਡਰ ਮੇਨਟੇਨ ਰੱਖਣ ਅਤੇ ਟੈਕਸ ਕਲੈਕਟ ਕਰਨਾ ਇਹ ਦੋ ਮੇਨ ਕੰਮ ਹੁੰਦੇ ਸੀ ਜ਼ਿਲ੍ਹਾ ਪ੍ਰਸ਼ਾਸਨ ਰਾਜੂਕਾ ਦੇ ਅਧੀਨ ਸੀ ਰਾਜੂਕਾ ਜਿਹੜਾ ਜ਼ਿਲ੍ਹੇ ਦੇ ਲੈਵਲ ਦਾ ਪ੍ਰਸ਼ਾਸਨ ਸੀ ਉਸ ਅਧਿਕਾਰੀ ਦਾ ਨਾਂ ਸੀ ਰਾਜੂਕਾ ਜਿਨ੍ਹਾਂ ਦੀ ਸਥਿਤੀ ਅਤੇ ਕਾਰਜ ਆਧੁਨਿਕ ਕਲੈਕਟਰਾਂ ਦੇ ਸਮਾਨ ਸੀ ਜਿਸ ਤਰ੍ਹਾਂ ਅੱਜ ਇੱਕ ਜ਼ਿਲ੍ਹੇ ਦਾ ਕਲੈਕਟਰ ਹੁੰਦਾ ਹੈ ਉਸੇ ਸਮਾਂ ਨਾਲ ਉਸ ਸਮੇਂ ਇੱਕ ਜ਼ਿਲ੍ਹੇ ਦਾ ਹੈੱਡ ਰਾਜੂ ਕਾ ਹੁੰਦਾ ਸੀ ਜੀ ਇਹ ਅਧਿਕਾਰੀ ਹੁੰਦਾ ਸੀ ਉਸ ਦੀ ਮਦਦ ਜੁਕਤਾ ਜਾਂ ਅਧੀਨ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਸੀ ਇਹਦੀ ਹੈਲਪ ਲਈ ਇਸ ਤੇ ਸਬੋਆਰਡੀਨੇਟ empioyees ਹੁੰਦੇ ਸੀ ਆਫੀਸਰਸ ਹੁੰਦੇ ਸੀ ਜਾਂ ਉਸ ਨੂੰ ਜੁਕਤਾ ਵੀ ਕਹਿੰਦੇ ਸੀ ਜੁਕਤ ਜੁਕਤ ਇਹਦੇ ਸਬੋਆਰਡੀਨੇਟ ਆਫੀਸਰ ਹੋ ਗਏ ਪਿੰਡ ਦਾ ਪ੍ਰਸ਼ਾਸਨ ਗ੍ਰਾਮੀਣੀ ਦੇ ਹੱਥ ਹੁੰਦਾ ਸੀ ਗ੍ਰਾਮੀਣੀ ਪਿੰਡ ਦਾ ਹੈੱਡ ਗ੍ਰਾਮੀਣੀ ਇਹ ਕੁਛ ਕੁ ਗੱਲਾਂ ਤੁਸੀਂ ਉੱਤੋਂ ਪੜ ਲੈਣੀਆਂ ਚੱਕਰ ਕੀ ਹੈ ਨਾ ਤੁਸੀਂ ਹੁਣ ਮੌਰੀਆ ਵੰਸ਼ ਨੂੰ ਪੜੋਗੇ ਫਿਰ ਤੁਸੀਂ ਗੁਪਤ ਕਾਲ ਦਾ ਪੂਰਾ ਪ੍ਰਸ਼ਾਸਨ ਪੜੋਗੇ ਫਿਰ ਤੁਸੀਂ ਹਰਸ਼ਵਰਧਨ ਦਾ ਵੀ ਪੜੋਗੇ ਫਿਰ ਤੁਸੀਂ ਹੋਰਾਂ ਦੇ ਵੀ ਪੜੋਗੇ ਵਿੱਚ ਦਿੱਲੀ ਸਲਸਨਤ ਵੀ ਪੜੋਗੇ ਫਿਰ ਤੁਸੀਂ ਮੁਗਲਾਂ ਦਾ ਪੜੋਗੇ ਇਸ ਲਈ ਇਹ ਚੀਜ਼ਾਂ ਹੌਸ਼-ਪੋਸ਼ ਹੋਣ ਦਾ ਦਰ ਲੈਂਦਾ ਆ ਜिले ਲੈਵਲ ਤੇ ਕੌਣ ਪਿੰਡ ਲੈਵਲ ਤੇ ਕੌਣ ਕਸਬੇ ਲੈਵਲ ਤੇ ਕੌਣ ਕਿਹਦਾ ਕੀ ਕੀ ਕੰਮ ਸੀ ਇਸ ਲਈ ਤੁਸੀਂ ਉੱਤੋਂ-ਉੱਤੋਂ ਪੜੋ ਮੇਨ-ਮੇਨ ਗੱਲਾਂ ਨੂੰ ਜਿਆਦਾ ਫੋਕਸ ਕਰਕੇ ਪੜਨਾ ਬਾਕੀ ਤੁਸੀਂ ਸੁਣੇ ਲੈਣਾ ਅੱਗੇ ਪੜਦੇ ਹਾਂ ਜੀ ਮੌਲਿਆ ਦੀ ਕਲਾ ਅਤੇ ਆਰਕੀਟੈਕਟਰ ਆਰਕੀਟੈਕਟਰ ਮੀਨ ਉਹਨਾਂ ਦੀਆਂ ਆਪਣੀਆਂ ਹਾਂ ਸ਼ਿਲਪਕਾਰੀ ਵਗੈਰਾ ਉਹਨਾਂ ਦਾ ਨਿਰਮਾਣ ਕਲਾ ਬਿਲਡਿੰਗਾਂ ਵਗੈਰਾ ਕਿੱਦਾਂ ਦੀਆਂ ਬਣਾਈਆਂ ਉਹਨਾਂ ਨੇ ਕਲਾ ਤੇ ਆਰਕੀਟੈਕਟਰ ਅਸ਼ੋਕ ਦੇ ਸਮੇਂ ਤੋਂ ਪਹਿਲਾਂ ਦੇ ਸਮਾਰਕ ਜ਼ਿਆਦਾਤਰ ਲੱਕੜ ਦੇ ਬਣੇ ਹੋਏ ਸਨ ਅਤੇ ਇਸ ਲਈ ਉਹ ਨਸ਼ਟ ਹੋ ਗਏ ਸਨ ਅਸ਼ੋਕ ਤੋਂ ਪਹਿਲਾਂ ਜ਼ਿਆਦਾ ਲੱਕੜ ਦਾ ਪ੍ਰਯੋਗ ਹੁੰਦਾ ਸੀ ਤਾਂ ਜੋ ਜੋ ਸਮਾਰਕ ਉਹਨਾਂ ਨੇ ਬਣਾਏ ਉਹ ਡਿਊ ਕੋਰਸ ਆਫ ਟਾਈਮ ਹੁਣ ਤੱਕ ਕੀ ਆ ਖਤਮ ਹੋ ਗਏ ਅਸੀਂ ਇਹ ਪਾਇਆ ਕਿ ਅਸ਼ੋਕਾਂ ਨੇ ਪੱਥਰਾਂ ਦੇ ਪਿੱਲਰ ਬਣਾਏ ਪੱਥਰਾਂ ਦੇ ਵਿੱਚ ਗੁਫਾਵਾਂ ਬਣਵਾਈਆਂ ਮੌਰੀਆਂ ਨੇ ਤੇ ਛਿਲਾ ਲੇਖ ਬਣਾਏ ਪੱਥਰਾਂ ਤੇ ਇਸ ਕਰਕੇ ਇਹ ਜਿਹੜੇ ਹੈ ਚੀਜ਼ਾਂ ਕਾਫੀ ਹੁਣ ਤੱਕ ਵੀ ਬਚ ਗਈਆਂ ਪਰ ਧਰ ਦੀ ਵਰਤੋਂ ਅਸ਼ੋਕ ਦੇ ਸਮੇਂ ਤੋਂ ਸ਼ੁਰੂ ਹੋਈ ਸੀ ਅਸ਼ੋਕ ਦੇ ਸਮੇਂ ਤੋਂ ਜ਼ਿਆਦਾਤਰ ਸ਼ੁਰੂ ਹੋਈ ਸੀ ਤੇ ਇਹ ਵਾਲੀ ਗੱਲ ਅਸ਼ੋਕਾਂ ਨੇ ਕਿੱਥੋਂ ਲਈ ਸੀ ਮੋਰਗੰਪਾਇਰ ਦੇ ਯੂਨਾਨੀਆਂ ਕੋਲ ਯੂਨਾਨੀ ਇਸ ਤਰ੍ਹਾਂ ਦੀ ਕਲਾ ਦਾ ਪ੍ਰਯੋਗ ਕਰਦੇ ਸੀ ਅਸ਼ੋਕ ਦੇ ਅਨੇਕ ਸਮਾਰਕਾਂ ਵਿੱਚੋਂ ਵੀ ਕੁਝ ਹੀ ਬਚੇ ਹਨ ਜੋ ਅਸ਼ੋਕਾਂ ਨੇ ਸਮਾਰਕ ਬਣਾਏ ਉਹਨਾਂ ਵਿੱਚ ਵੀ ਵਿੱਚੋਂ ਵੀ ਕੁਝ ਹੀ ਬਚੇ ਕਿਉਂਕਿ ਸਮਾਂ ਬਹੁਤ ਜ਼ਿਆਦਾ ਨਾ 2000 ਸਾਲ ਤੋਂ ਉੱਤੇ ਦੀ ਗੱਲਾਂ ਜੀ ਇਹ 2500 ਸਾਲ ਪਹਿਲਾਂ ਤੋਂ ਗੱਲਾਂ ਨੇ ਜ਼ਿਆਦਾਤਰ ਉਸ ਦੇ ਮਹਿਲ ਅਤੇ ਮੱਠ ਅਤੇ ਉਸ ਦੇ ਬਹੁਤੇ ਸਤੂਪ ਅਲੂਪ ਹੋ ਗਏ ਸਨ ਜੋ ਜੋ ਉਹਨੇ ਬਣਾਇਆ ਮਹਿਲ ਬਣਾਏ ਮੱਟ ਬਣਾਏ ਸਤੂਪ ਬਣਾਏ ਉਹ ਹੁਣ ਕੀ ਆ ਹਲੂਪ ਹੋ ਗਏ ਜ਼ਿਆਦਾਤਰ ਕੁਝ ਕੁ ਬਚੇ ਆ ਸਤੂਪ ਕੀ ਹੁੰਦੇ ਸੀ ਅੱਗੇ ਪੜਾਂਗੇ ਸਾਂਚੀ ਵਿਖੇ ਹੀ ਬਾਕੀ ਬਚਿਆ ਸਤੂਪ ਹੈ ਜੋ ਉਸਨੇ ਸਤੂਪ ਬਣਾਏ ਉਹਨਾਂ ਵਿੱਚੋਂ ਸਾਂਚੀ ਜਿਹੜਾ ਬਚਿਆ ਆ ਸਾਂਚੀ ਸਤੂਪ ਉਹੀ ਇੱਕ ਮੇਨ ਸਤੂਪ ਬਚਿਆ ਜੀ ਬਾਕੀ ਨਸ਼ਟ ਹੋ ਗਿਆ ਮੌਰੀਆ ਕਾਲ ਦੇ ਕਲਾਤਮਕ ਅਵਸ਼ੇਸ਼ਾਂ ਨੂੰ ਖੇਡ ਲਿਖੇ ਚਰਦੇਖਾਂ ਵਿੱਚ ਦੇਖਿਆ ਜਾ ਸਕਦਾ ਹੈ ਜੋ ਜੋ ਉਹਨਾਂ ਦੀ ਕਲਾ ਦੇ ਨਮੂਨੇ ਹੁਣ ਤੱਕ ਬਚੇ ਆ ਉਹਨੂੰ ਅਸੀਂ ਇੰਨਾ-ਇੰਨਾ ਹੈਡਿੰਗਸ ਵਿੱਚ ਪੜ ਲੈਂਦੇ ਹਾਂ ਜੀ ਪਹਿਲਾ ਗੱਲ ਆਉਂਦੀ ਜੀ ਥੰਮ ਥੰਮ ਮਤਲਬ ਪਿੱਲਰ ਪਿੱਲਰ ਅਸ਼ੋਕ ਨੇ ਨਾ ਆਪਣਾ ਸੰਦੇਸ਼ ਦੇਣ ਲਈ ਇਸ ਤਰ੍ਹਾਂ ਦੇ ਥੰਮ ਬਣਾਏ ਹੁੰਦੇ ਸੀ ਆ ਥੰਮ ਜਗਾ ਜਗਾ ਉਹ ਉਸਨੇ ਥੰਮ ਗੱਡੇ ਆ ਥੰਮ ਇਹ ਕਿਸੇ ਪੱਥਰ ਦੇ ਵੀ ਹੋ ਸਕਦੇ ਆ ਕਿਸੇ ਮੈਟਲ ਦੇ ਵੀ ਹੋ ਸਕਦੇ ਆ ਇਸ ਤਰ੍ਹਾਂ ਥੰਮ ਹੁੰਦਾ ਸੀ ਤੇ ਉਸ ਦੇ ਉੱਤੇ ਕੋਈ ਨਾ ਕੋਈ ਜਾਨਵਰ ਹੁੰਦਾ ਸੀ ਉੱਪਰ ਵਾਲਾ ਪੋਰਸ਼ਨ ਉਹਨੋਂ ਕੋਈ ਸੇ ਜਾਨਵਰ ਦਾ ਹੁੰਦਾ ਸੀ ਉਹਦੇ ਥੱਲੇ ਬੇਸ ਹੁੰਦਾ ਸੀ ਅਬੈਕਸ ਅਬੈਕਸ ਕਹਿੰਦੇ ਇਹਨੂੰ ਜਿਹਦੇ ਉੱਤੇ ਜਾਨਵਰ ਦੀ ਮੂਰਤੀ ਹੁੰਦੀ ਸੀ ਤੇ ਥੱਲੇ ਮੋਨੋਲਿਥਿਕ ਬੇਸ ਹੁੰਦਾ ਸੀ ਜਿਹੜਾ ਕਿ ਸਿੰਗਲ ਸਟੇ ਆਫ ਸਟੋਨ ਦਾ ਬਣਿਆ ਮੋਨਾ ਮਤਲਬ ਸਿੰਗਲ ਲਿਥਿਕ ਮਤਲਬ ਪੱਥਰ ਆ ਪੂਰਾ ਥਮੋਦਾ ਬਣਿਆ ਤਾਂ ਆ ਕੀ ਹੈ ਜੀ ਇਸ ਦੇ ਥੱਲੇ ਕੈਪੀਟਲ ਕਹਿ ਦਿੰਦੇ ਇਹਨੂੰ ਇਹ ਲੋਟਸ ਜਾਂ ਬੈਲ ਸ਼ੇਪ ਹੁੰਦਾ ਸੀ ਠੀਕ ਹੈ ਜੀ ਕਿਤੇ ਕਿਤੇ ਸ਼ੇਰ ਆ ਕਿਤੇ ਕਿਤੇ ਹਾਥੀ ਆ ਆ ਜਿਹੜੇ ਜਾਨਵਰ ਕਿਤੇ ਕਿਤੇ ਬਲਦ ਆ ਇਸ ਤਰ੍ਹਾਂ ਦੇ ਹੈ ਦੇਖ ਲੈਂਦੇ ਆਪਾਂ ਜੀ ਆ ਦੇਖੋ ਸ਼ੇਰ ਆ ਜੀ ਆ ਬਿਸ਼ਾਲੀ ਤੇ ਪਿੱਲਰ ਆ ਬਿਸ਼ਾਲੀ ਵਾਲਾ ਪਿੱਲਰ ਉਹਦੇ ਉੱਤੇ ਕੀ ਆ ਸ਼ੇਰ ਆ ਆ ਜੀ ਸੰਕਿਸਾ ਐ এলিਫੈਂਟ ਇਹਦੇ ਉੱਤੇ ਹਾਥੀ ਆ ਆ ਜੀ ਰਾਮਪੁਰਬ ਜੇਬੂ ਇਹ ਉੱਤੇ ਕੀ ਆ ਇਹ ਨਿਊ ਦਿੱਲੀ ਲੱਗ ਗਿਆ ਨਿਊ ਰਾਸ਼ਟਰਪਤੀ ਭਵਨ ਵਿੱਚ ਰੱਖਿਆ ਗਿਆ ਹੁਣ ਇਹਦੇ ਉੱਤੇ ਕੀ ਆ ਬਲਦ ਆ ਸ਼ੇਰ ਆ ਜੀ ਠੀਕ ਆ ਲਾਇਨ ਆ ਆ ਜ ਸਾਰਨਾਥ ਸੋਰੀ ਸਾਂਚੀ ਇਹ ਸਾਂਚੀ ਤੋਂ ਮਿਲਿਆ ਜੀ ਫੋਰ ਲਾਇਨ ਦਾ ਚਾਰ ਛੇਰ ਆ ਤੇ ਸਾਰਨਾਥ ਤੋਂ ਇੱਕ ਮਿਲਿਆ ਸੀ ਉਹਦੇ ਵਿੱਚ ਕੀ ਸੀਗਾ ਇਸ ਤਰ੍ਹਾਂ ਪਿੱਲਰ ਸੀ ਤਾਂ ਪਿੱਲਰ ਦੇ ਉੱਤੇ ਚਾਰ ਛੇਰ ਆ ਇੱਕ ਦੋ ਤਿੰਨ ਤੇ ਪਿੱਛੇ ਇੱਕ ਚੌਥਾ ਚਾਰ ਛੇਰ ਆ ਤੇ ਥੱਲੇ ਇੱਕ ਹੈ ਜੀ ਕੋੜਾ ਤੇ ਇੱਕ ਹੈ ਬਲਦ ਕੋੜਾ ਤੇ ਬਲਦ ਥੱਲੇ ਤਾਂ ਆਹ ਲੋਟਸ ਵਾਲਾ ਪੋਰਸ਼ਨ ਨੂੰ ਛੱਡ ਕੇ ਸਾਡੀ ਸਰਕਾਰ ਨੇ ਕੀ ਕੀਤਾ ਉੱਪਰ ਵਾਲਾ ਹੈ ਨਾ ਜਿਹੜਾ ਸਾਰਨਾਥ ਪਿੱਲਰ ਦੇ ਉੱਤੇ ਚਾਰ ਸ਼ੀਰ ਆ ਉਹਨਾਂ ਨੂੰ ਕੀ ਆ ਆਪਣਾ ਰਾਸ਼ਟਰੀ ਚਿੰਨ੍ਹ ਵਜੋਂ ਅਪਣਾਇਆ ਹੋਇਆ ਜੀ ਇਹ ਸਾਡਾ ਨੈਸ਼ਨਲ ਐਮਬਲਮਾ ਰਾਸ਼ਟਰੀ ਚਿੰਨ੍ਹ ਸਾਡਾ ਇਹ ਠੀਕ ਹੈ ਜੀ ਹੁਣ ਦੇਖ ਲੈਂਦੇ ਥੋੜੀ ਹੋਰ ਗੱਲਾਂ ਅਸ਼ੋਕ ਦੁਆਰਾ ਬਣਾਏ ਗਏ ਥੰਮ ਮੌਰੀਆ ਕਲਾ ਦਾ ਸਭ ਤੋਂ ਵਧੀਆ ਕਲਾ ਦਾ ਨਮੂਨਾ ਪੇਸ਼ ਕਰਦੇ ਹਨ ਆ ਦੇਖੋ ਕਿੰਨੀ ਤਰ੍ਹਾਂ ਦੀ ਉਹਨਾਂ ਥੰਮ ਬਣਾਏ ਉੱਤੇ ਕਿਸ ਨਾ ਕਿਸੇ ਜਾਨਵਰ ਦੀ ਮੂਰਤੀ ਹੁੰਦੀ ਆ। ਕਈ ਥਾਂ ਤੇ ਪਾਏ ਗਏ ਆ ਇਹ। ਠੀਕ। ਸ਼ਿਲਾ ਲਿਖਾਂ ਵਾਲੇ ਅਸ਼ੋਕਨ ਥੰਮ ਕਿੱਥੇ ਕਿੱਥੇ ਪਾਏ ਗਏ? ਸ਼ਿਲਾ ਲਿਖ ਮਤਲਬ ਇਹਨਾਂ ਉੱਤੇ ਕੁਝ ਨਾ ਕੁਝ ਮੈਸੇਜ ਲਿਖਿਆ ਹੁੰਦਾ ਸੀ, ਉਹ ਕਰਿਆ ਹੁੰਦਾ ਸੀ। ਇਹ ਦਿੱਲੀ, ਲਾਹੌਰਪਾਦ, ਰੋਮਿੰਡਾਈ, ਸਾਂਚੀ ਅਤੇ ਸਾਰਨਾਥ ਵਰਗੇ ਥਾਨਾਂ ਤੋਂ ਮਿਲੇ ਹਨ। ਇੱਥੇ-ਇੱਥੇ ਮਿਲੇ ਆ ਜੀ ਪਿੱਲਰ। ਉਹਨਾਂ ਦੇ ਸਿਖਰ ਤੇ ਸ਼ੇਰ ਹਾਥੀ ਅਤੇ ਬਲਦ ਵਰਗੇ ਜਾਨਵਰਾਂ ਦੀਆਂ ਮੂਰਤੀਆਂ ਹੁੰਦੀਆਂ ਸਨ ਠੀਕ ਹੈ ਜੀ ਚਾਰ ਛੇੜਾਂ ਵਾਲਾ ਸਾਰਨਾਥ ਸਾਰਨਾਥ ਥੰ ਸਭ ਤੋਂ ਸ਼ਾਨਦਾਰ ਹੈ ਸਭ ਤੋਂ ਸ਼ਾਨਦਾਰ ਕਿਹੜਾ ਚਾਰ ਛੇੜਾਂ ਵਾਲਾ ਸਾਰਨਾਥ ਵਾਲਾ ਪਿੱਲਰ ਥੰ ਭਾਰਤ ਸਰਕਾਰ ਨੇ ਇਸ ਨੂੰ ਕੁਝ ਸੋਧਾਂ ਨਾਲ ਆਪਣੇ ਰਾਸ਼ਟਰੀ ਚਿੰਨ੍ਹ ਵਿੱਚੋਂ ਅਪਣਾਇਆ ਹੈ ਸਾਡਾ ਨੈਸ਼ਨਲ ਐਮਬਲਮ ਰਾਸ਼ਟਰੀ ਚਿੰਨ੍ਹ ਕਿਹੜਾ ਹੈ ਜੀ ਸਾਰਨਾਥ ਹਬ ਹਬਲਾ ਸਾਰਨਾਥ ਪਿੱਲਰ ਵਾਲਾ ਜਿਹੜਾ ਉੱਪਰ ਚਾਰ ਛੇਰਾਂ ਦਾ ਹੈ ਨੇ ਮੂਰਤੀ ਇਹਦੀ ਫੋਟੋ ਥੱਲੇ ਲੋਟਸ ਵਾਲਾ ਪੋਸ਼ਨ ਕੱਟ ਕੇ ਉੱਪਰ ਵਾਲਾ ਪੋਸ਼ਨ ਅਸੀਂ ਆਪਣੇ ਰਾਜ ਤੇ ਚਿੰਨ੍ਹ ਬਦਲਿਓ ਅਪਣਾਇਆ ਹੈ ਠੀਕ ਹੈ ਜੀ ਅੱਗੇ ਗੱਲ ਕਰਦੇ ਹਾਂ ਜੇ ਸਤੂਪ ਦੀ ਸਤੂਪ ਸਤੂਪ ਦਾ ਤੁਹਾਨੂੰ ਕਨਸੈਪਟ ਸਮਝ ਲਿजिए ਜਿਸ ਤਰ੍ਹਾਂ ਤਥਕਤ ਬੁੱਧ ਦੇ ਜੀਵਨ ਨਾਲ ਸੰਬੰਧਿਤ ਚੀਜ਼ਾਂ ਦਾ ਉਹਨਾਂ ਦੇ ਉਹਨਾਂ ਦੇ ਜਿਸ ਤਰ੍ਹਾਂ ਬਾਡੀ ਪਾਰਟਸ ਉਹਨਾਂ ਦੇ ਸੰਸਕਾਰ ਤੋਂ ਬਾਅਦ ਜਿਹੜੀ ਰਾਖ ਬਚੀ ਉਹਨਾਂ ਦੀ ਹੱਡੀਆਂ ਉਹਨਾਂ ਦੀ ਜਾਂ ਕਹਿ ਲਈਏ ਵੀ ਕੁਝ ਵੀ ਸਾਡੇ ਕੋਲ ਜਿਹੜਾ ਚਿੰਨ ਆ ਉਹਨਾਂ ਨਾਲ ਸੰਬੰਧਿਤ ਉਹ ਫਿਰ ਨਾ ਇਸ ਤਰ੍ਹਾਂ ਜਿਹੜਾ ਧਰਤੀ ਤੇ ਮੰਨ ਲਓ ਦਫਨਾਤਾ ਉੱਤੇ ਥੋੜੀ ਮਿੱਟੀ ਉਹ ਕਰ ਦਿੱਤੀ ਜਾਂਦੀ ਸੀ ਛੜਾ ਦਿੱਤੀ ਜਾਂਦੀ ਸੀ ਮਿੱਟੀ ਦਾ ਤਾਂ ਇੱਕ ਢੇਰ ਜਿਹਾ ਬਣਾ ਦਿੱਤਾ ਜਾਂਦਾ ਸੀ ਵੀ ਹਾਂ ਵੀ ਆਹ ਵਾਲੀ ਜਿਹੜੀ ਏਰੀਆ ਆ ਇਹ ਕੀ ਹੈ ਪਵਿੱਤਰ ਆ ਫਿਰ ਹੋਰੀ ਹੋਰੀ ਉਹ ਮਿੱਟੀ ਦਾ ਢੇਰ ਜਿੱਦਾਂ ਥੋੜਾ ਫੈਲਦਾ ਗਿਆ ਉਹਦੀ ਥੋੜੀ ਹੋਰ ਡੈਕੋਲੂਸ਼ਨ ਕਰਤੀ ਫਿਰ ਉਹ ਨਾ ਇੱਕ ਮੌਂਡ ਹਨ ਬਣ ਜਾਂਦਾ ਸੀ ਇੱਕ ਢੇਰ ਜਿਹਾ ਬਣ ਜਾਂਦਾ ਸੀ ਟਿੱਲਾ ਜਿਹਾ ਬਣ ਜਾਂਦਾ ਸੀ ਤੇ ਉਸ ਨੂੰ ਕਹਿੰਦੇ ਸੀ ਸਤੂਪ ਆਪਾਂ ਸਿੰਪਲ ਕਹਿ ਲਈਏ ਕਿ ਜਿਸ ਤਰ੍ਹਾਂ ਅੱਜ ਕੱਲ ਦੇ ਟਾਈਮ ਵਿੱਚ ਵੀ ਕੋਈ ਤਾਂ ਆਰਮਿਕ ਜਗ੍ਹਾ ਆ ਉਹਦੇ ਉੱਤੇ ਅਸੀਂ ਥੋੜੀ ਜਿਹੀ ਚਾਰ ਇੱਟਾਂ ਲਾ ਦਿੰਦੇ ਹਾਂ ਹਨ ਉਹਨੂੰ ਪੱਕਾ ਕਰ ਦਿੰਦੇ ਹਾਂ ਉਹਨੂੰ ਕਵਰ ਕਰ ਦਿੰਦੇ ਹਾਂ ਤੇ ਥੋੜਾ ਆਪਣਾ ਰੱਖ ਲੈਂਦੇ ਹਾਂ ਮਹੌਰਾ ਜਿਹਾ ਜਿੱਥੇ ਅਸੀਂ ਭਗਵਾਨ ਦੇ ਦਰਸ਼ਨ ਕਰ ਸਕੀਏ ਕੁਝ ਇਸਾ ਹੌਨਾਲੀ ਕਿਉਂਕਿ ਇਹ ਚੀਜ਼ਾਂ ਕੀ ਸੀਗੀਆਂ ਦਫਨਾਈਆਂ ਗਈਆਂ ਇਸ ਲਈ ਇਹਦੇ ਉੱਤੇ ਮਿੱਟੀ ਦੇ ਨਾਲ ਗੋਲਾ ਜਿਹਾ ਅਰਧ ਗੋਲਾਕਾਰ ਕੁਝ ਨਾ ਕੁਝ ਕੰਸਟਰਕਸ਼ਨ ਬਣਾਤੀ ਤਾਂ ਕਿ ਇਹ ਸਿੱਧ ਹੋਵੇ ਕਿ ਇੱਥੇ ਕੀ ਆ ਕੁਝ ਪਵਿੱਤਰ ਚੀਜ਼ ਆ ਸਿੰਪਲ ਕਹਿ ਦਈਏ ਤਤਕਤ ਬੋਧ ਦੇ ਜੀਵਨ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਦਫਨਾ ਕੇ ਉਹਦੇ ਉੱਤੇ ਜਿੱਥੇ-ਜਿੱਥੇ ਕੁਝ ਆਪਣਾ ਬਣਾਤਾ ਗੋਬੰਧਕਾਰ ਚੀਜ਼ਾਂ ਬਣਾਤੀਆਂ ਉਹਨੂੰ ਕਹਿੰਦੇ ਜੀ ਸਤੂਪ ਇਹਨੂੰ ਆਪਾਂ ਦਾ ਫੋਟੋ ਦੇਖ ਲਓ ਤੁਸੀਂ ਆਹ ਦੇਖੋ ਆਹ ਆ ਜੀ ਗੋਲਾ ਜਿਹਾ ਇਸ ਤਰ੍ਹਾਂ ਗੋਲਾ ਜਿਹਾ ਹੁੰਦਾ ਜੀ ਤੇ ਥੱਲੇ ਇਹਦੇ ਕੁਝ ਨਾ ਕੁਝ ਤਾਂ ਥਾਕਾਤ ਨੂੰ ਬਦਤ ਤੇ ਜੀਵਨ ਨਾਲ ਸੰਬੰਧਿਤ ਕੋਈ ਨਾ ਕੋਈ ਚੀਜ਼ ਦੱਬੀ ਹੁੰਦੀ ਹੈ ਤੇ ਫਿਰ ਹੌਲੀ ਹੌਲੀ ਉਹ ਪਹਿਲਾਂ ਕੱਚਾ ਹੁੰਦਾ ਫਿਰ ਉਹਨੂੰ ਪੱਕਾ ਕਰ ਦਿੰਦੇ ਆ ਇੱਟਾਂ ਦਾ ਬਣਾ ਦਿੰਦੇ ਆ ਹਨਾ ਹੋਲੋ ਦੀ ਡੈਕੋਰੇਸ਼ਨ ਕਰ ਦਿੰਦੇ ਆ ਆਸੇ-ਪਾਸੇ ਵੀ ਕੰਦਾ ਬਣਾਤੀਆਂ ਇਹਦੇ ਪੂਰਾ ਕਵਰਿੰਗ ਕਰਤੀ ਫਿਰ ਥੂ ਕੋਰਸ ਆਫ ਟਾਈਮ ਕੰਦਾ ਤੇ ਕੁਛ ਨਾ ਕੁਛ ਕੀ ਆ ਅੰਕੁਰਿਤ ਕਰ ਦਿੱਤਾ ਜਾਂਦਾ ਆ ਕੁਛ ਛੋਟੇ-ਛੋਟੇ ਮੂਰਤੀਆਂ ਜੇ ਬਣਾਤੀਆਂ ਕੁਛ ਨਾ ਕੁਛ ਲਿਖ ਦਿੱਤਾ ਜਾਂਦਾ ਆ ਇਹ ਬੁੱਧ ਦੇ ਜੀਵਨ ਨਾਲ ਸੰਬੰਧਿਤ ਕੁਛ ਪਿਕਚਰ ਬਣਾ ਦਿੱਤੀਆਂ ਜਾਂਦੀਆਂ ਆ ਇਸ ਤਰ੍ਹਾਂ ਹੋ ਜਾਂਦਾ ਜੀ ਇਨੂੰ ਕਹਿੰਦੇ ਤੋਰਨ ਤੋਰਨ ਜਿਹੜਾ ਗੇਟ ਹੁੰਦਾ ਉਹਨੂੰ ਕਹਿੰਦੇ ਤੋਰਨ ਠੀਕ ਆਹ ਹੁੰਦਾ ਜੀ ਪ੍ਰਦਕਸ਼ਿਨਾ ਪਥ ਮੀਨ ਪ੍ਰਦਕਸ਼ਿਨਾ ਪਥ ਇੱਥੇ ਅਸੀਂ ਜਿਹੜੇ ਸਰਦਾਲੂਗਾ ਉਹ ਸਰਕਲ ਕਰ ਕੱਟਦੇ ਆ ਸੈਂਟਰ ਬਿਲਕੁਲ ਸੈਂਟਰ ਦੇ ਉੱਪਰ ਹੁੰਦਾ ਜੀ ਆ ਜਿਹੜੀ ਟੰਡਾ ਜਿਹਾ ਹੈਗਾ ਬਣਿਆ ਇਹਨੂੰ ਕਹਿੰਦੇ ਜਸਟੀ ਠੀਕ ਹਰਮਿਕਾ ਇਸ ਤਰ੍ਹਾਂ ਦੇ ਕੁਸਟਰਮ ਨੋਲੋਜੀ ਹੈਗੀਆਂ ਬੇਸਿਕਲੀ ਤੁਸੀਂ ਆ ਯਾਦ ਰੱਖ ਲਿਓ ਤੋਰਨ ਠੀਕ ਆ ਜੀ ਤੋਰਨ ਸਤੂਪਾ ਵਾਰੇ ਦੇਖ ਲੈਣੇ ਜੀ ਸਤੂਪ ਅਸ਼ੋਕ ਨੇ ਆਪਣੇ ਪੂਰੇ ਸਾਮਰਾਜ ਵਿੱਚ ਬਹੁਤ ਸਾਰੇ ਸਤੂਪ ਬਣਾਏ ਸਨ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਹਮਲਿਆਂ ਦੌਰਾਨ ਤਬਾਹ ਹੋ ਗਏ ਸਨ ਸਿਰਫ ਕੁਝ ਹੀ ਬਚੇ ਹਨ ਸਭ ਤੋਂ ਵਧੀਆ ਉਦਾਹਰਣ ਵਿਸ਼ਾਲ ਆਕਾਰ ਵਾਲਾ ਮਸ਼ਹੂਰ ਸਾਂਚੀ ਸਤੂਪ ਹੈ ਸਾਂਚੀ ਸਤੂਪ ਮੱਧ ਪ੍ਰਦੇਸ਼ ਵਿੱਚ ਇਹ ਬੜਾ ਫੇਮਸ ਹੈ ਜੀ ਇਹ ਅਸਲ ਵਿੱਚ ਪਹਿਲਾਂ ਇੱਟਾਂ ਨਾਲ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਅਸ਼ੋਕ ਦੇ ਸਮੇਂ ਤੋਂ ਇਸ ਨੂੰ ਵੱਡਾ ਕੀਤਾ ਗਿਆ। ਅਸ਼ੋਕ ਦੇ ਸਮੇਂ ਤੋਂ ਬਾਅਦ ਇਸ ਨੂੰ ਵੱਡਾ ਕੀਤਾ ਗਿਆ। ਪਹਿਲਾਂ ਛੋਟਾ ਸੀ ਆਕਾਰ ਦਾ ਫਿਰ ਉਹਨੂੰ ਹੋਰ ਵੱਡਾ ਕਰਤਾ। ਆਸ-ਪਾਸੇ ਕੰਸਟਰਕਸ਼ਨ ਹੋਰ ਕਰਤੀ। ਅੱਗੇ ਆ ਦੀ ਗੁਫਾਵਾਂ, ਗੁਫਾਵਾਂ। ਇਹ ਵੀ ਆਰਕ ਐਂਡ ਆਰਕੀਟੈਕਚਰ ਦਾ ਨਮੂਨਾ ਆ। ਆ ਪਹਿਲਾਂ ਫੋਟੋ ਹੀ ਦੇਖ ਲਓ। ਜਿੱਦਾਂ ਆ ਪੂਰਾ ਇੱਕ ਪਹਾੜ ਆ। ਇਹ ਪਹਾੜ ਦੇ ਵਿੱਚੋਂ ਇੱਥੋਂ ਕੱਟ ਕੇ ਅੰਦਰ ਇੱਕ ਗੁਫਾ ਬਣਾਤੀ। ਤਾਂ ਕਿ ਸਾਧੂ, ਮੋਂਗ ਵਗੈਰਾ ਇੱਥੇ ਠਹਿਰ ਸਕਣ। ਆ ਅੰਦਰਲਾ ਦ੍ਰਿਸ਼ ਆ ਜੀ। ਇਤੋਂ ਐਂਟਰੀ ਕਰਕੇ ਅੰਦਰ ਅੱਗੇ ਪਹਾੜ ਬੰਦ ਹੁੰਦਾ ਹੈ ਇਸ ਤਰ੍ਹਾਂ ਪਹਾੜ ਦੇ ਵਿੱਚ ਇਸ ਤਰ੍ਹਾਂ ਦੀ ਗੁਫਾਵਾਂ ਬਣਾ ਦਿੱਤੀਆਂ ਜਾਂਦੀਆਂ ਸਨ ਮੌਰੀਆ ਸਮਰਾਜ ਵਿੱਚ ਇਸ ਤਰ੍ਹਾਂ ਦੀਆਂ ਗੁਫਾਵਾਂ ਮਿਲੀਆਂ ਆਇਆ ਦੇਖੋ ਜੀ ਅਸ਼ੋਕ ਅਤੇ ਉਸ ਦੇ ਪੁੱਤਰ ਦਸ਼ਰਥ ਦੁਆਰਾ ਆਜੀਵਿਕਾ ਆਜੀਵਿਕਾ ਜਿਸ ਤਰ੍ਹਾਂ ਅਸੀਂ ਪੜਿਆ ਨਾ ਜੈਨ ਬੁੱਧ ਉਸੇ ਹਿਸਾਬ ਨਾਲ ਆਜੀਵਿਕਾ ਵੀ ਇੱਕ ਧਾਰਮਿਕ ਸੰਪਰਦਾਸੀ ਉਸ ਸਮੇਂ ਦੀ ਧਾਰਮਿਕ ਸੰਪਰਦਾਸੀ ਇੱਕ ਧਰਮ ਦੇ ਲੋਕ ਸੀ ਇਹ ਹਾਲਾਂਕਿ ਬਾਅਦ ਵਿੱਚ ਬਹੁਤ ਘੱਟ ਬਚੇ ਇਹ ਤੇ ਐਟ ਪ੍ਰੈਜ਼ੈਂਟ ਦਾ ਨਾਂ ਦੇ ਬਰਾਬਰ ਹੀ ਹੈ ਨਹੀਂ ਐਟ ਪ੍ਰੈਜ਼ੈਂਟ ਨਹੀਂ ਮਿਲਦੇ ਇਹ ਵੀ ਫਿਰਤੂ ਸਾਧੂ ਹੁੰਦੇ ਸੀ ਫਿਰਤੂ ਸਾਧੂ ਹੁੰਦੇ ਸੀ ਇਹਨਾਂ ਬਾਰੇ ਵੀ ਅਸੀਂ ਪੜਾਂਗੇ ਇਹ ਅਜੀਵਿਕਾ ਇੱਕ ਜੈਨ ਤੇ ਬੋਧੀਆਂ ਵਾਂਗ ਇਹ ਵੀ ਇੱਕ ਧਾਰਮਿਕ ਫਿਰਕਾ ਹੁੰਦਾ ਸੀ ਉਸ ਸਮੇਂ ਇਹਨਾਂ ਨੇ ਅਸ਼ੋਕ ਅਤੇ ਉਸਦੇ ਪੁੱਤਰ ਦਸ਼ਰਤ ਨੇ ਅਜੀਵਿਕਾ ਧਰਮ ਦੇ ਲੋਕਾਂ ਲਈ ਗੁਫਾਵਾਂ ਬਣਾਈਆਂ ਸੀ ਹਨਾ ਇਹ ਮੌਰੀਯ ਵਿੱਤਪੂਣ ਵਿਰਾਸਤਾਂ ਇਨਾਂ ਦੀਆਂ ਅੰਦਰਲੀਆਂ ਕੰਧਾਂ ਸ਼ੀਸ਼ੇ ਵਾਂਗ ਪਾਲਿਸ਼ ਕੀਤੀਆਂ ਗਈਆਂ ਹਨ ਬਹੁਤ ਚੰਗੇ ਤਰ੍ਹਾਂ ਪਾਲਿਸ਼ ਕੀਤੀਆਂ ਅੰਦਰਲੀਆਂ ਕੰਧਾਂ ਇਹ ਭਿਕਸ਼ੂਆਂ ਦੇ ਨਿਵਾਸ ਸਥਾਨਾਂ ਲਈ ਸਨ ਇੱਥੇ ਭਿਕਸ਼ੂ ਰਹਿੰਦੇ ਸਨ ਮੋਂਗ ਰਹਿੰਦੇ ਸਨ ਬੋਧਗਯਾ ਦੇ ਨੇੜੇ ਬਾਰਾ-ਬਾਰ ਪਹਾੜੀਆਂ ਦੀਆਂ ਗੁਫਾਵਾਂ ਮੌਰੀਆ ਆਰਕੀਟੈਕਚਰ ਦੇ ਸ਼ਾਨਦਾਰ ਨਮੂਨੇ ਹਨ ਆ ਜਿਹੜੀ ਮੈਂ ਤੁਹਾਨੂੰ ਫੋਟੋਆਂ ਦਿਖਾਈਆਂ ਇਹ ਬੋਧਗਯਾ ਬਿਹਾਰ ਵਿੱਚ ਬੋਧਗਯਾ ਆ ਗਿਆ ਜਗਾ ਦਾ ਨਾਇਆ ਕਿਉਂਕਿ ਇੱਥੇ ਉਹ ਬ੍ਰਿਖਸ਼ ਜਿੱਥੇ ਇਹਦੇ ਥੱਲੇ ਬੈਠ ਕੇ ਤਥਗਤ ਬੋਧ ਨੇ ਤਪਸ਼ਿਆ ਕੀਤੀ ਸੀ meditation ਕੀਤੀ ਸੀ ਇਸ ਲਈ ਇਹਨੂੰ ਬੋਧਗਿਆ ਵੀ ਕਹਿੰਦੇ ਆ ਇਹਦੇ ਲਾਗੇ ਨਾ 12 ਬਾਰ ਦੀ ਪਹਾੜੀਆਂ 12 ਬਾਰ ਕੇਪਸ ਬੜੀਆਂ ਫੇਮਸ ਆ 12 ਬਾਰ ਕੇਪਸ ਇਹ ਆ ਜਾਂਦਾ ਪੇਪਰ ਵਿੱਚ ਕਿੱਥੇ ਆ ਬਾਰਾ ਬਾਰ ਕੇਪਸ ਬੋਧਗਿਆ ਦੇ ਲਾਗੇ ਇਹਨਾਂ ਗੁਫਾਵਾਂ ਵਿੱਚ ਮੋਰੀਆ ਆਰਕੀਟੈਕਟਰ ਦੇ ਸ਼ਾਨਦਾਰ ਨਮੂਨੇ ਹਨ 12 ਬਾਰ ਕੇਪਸ ਆ ਦੇਖ ਲੋ ਜੀ ਅੱਛਾ ਜੀ ਅੱਗੇ ਪੜ੍ਹਦੇ ਹਾਂ ਜੀ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ ਪਤਨ ਦੇ ਕੀ ਕਾਰਨ ਆ ਵਿਦਵਾਨਾਂ ਨੇ ਕਈ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਉਹਨਾਂ ਨੂੰ ਅਸੀਂ ਦੇਖਨੇ ਕਿਹੜੇ-ਕਿਹੜੇ ਵਿਚਾਰ ਸੀ ਫਿਰ ਅਸਲੀ ਕੀ ਗੱਲਾਂ ਹੋ ਸਕਦੀਆਂ ਉਹਨਾਂ ਬਾਰੇ ਗੱਲ ਕਰਦੇ ਹਾਂ ਵਿਦਵਾਨਾਂ ਦੁਆਰਾ ਵਿਆਪਕ ਤੌਰ ਤੇ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨਾਂ ਬਾਰੇ ਬਹਿਸ ਕੀਤੀ ਗਈ ਪ੍ਰੰਪਰਾਗਤ ਪਹੁੰਚ ਅਸ਼ੋਕ ਦੀਆਂ ਨੀਤੀਆਂ ਅਤੇ ਉਸਤੇ ਕਮਜ਼ੋਰ ਉਤਰਾਧਿਕਾਰੀਆਂ ਨੂੰ ਪਤਨ ਦਾ ਕਾਰਨ ਦੱਸਦੀ ਹੈ ਪ੍ਰੰਪਰਾਗਤ ਬਹੁਤੇ ਪਰੰਪਰਾਵਾਦੀ ਆਮ ਤੌਰ ਤੇ ਇਹ ਮੰਨ ਲੈਂਦੇ ਆ ਕਿ ਅਸ਼ੋਕ ਨੇ ਬੁੱਧ ਧਰਮ અપਨਾ ਲਿਆ ਤੇ ਉਸ ਦੀਆਂ ਨੀਤੀਆਂ ਉਧਾਰ ਹੋ ਗਈਆਂ ਉਸ ਨੇ ਸਖਤਾਈ ਨਹੀਂ ਵਰਤੀ ਤੇ ਉਸ ਦੇ ਉੱਤਰਾਧਿਕਾਰੀ ਕਮਜ਼ੋਰ ਸੀ ਇਸ ਕਰਕੇ ਮੌਰੀਆ ਸਾਮਰਾਜ ਪਤਨ ਵੱਲ ਚਲਾ ਗਿਆ ਇੱਕ ਇੱਕ মত ਅਨੁਸਾਰ ਪਤਨ ਦਾ ਪ੍ਰਮੁੱਖ ਕਾਰਨ ਇੰਨੇ ਵਿਸ਼ਾਲ ਸਾਮਰਾਜ ਨੂੰ ਕਾਇਮ ਰੱਖਣ ਲਈ ਨਾ ਕਾਫੀ ਸਿਆਸੀ ਅਤੇ ਆਰਥਿਕ ਸੰਸਥਾਵਾਂ ਹੈ ਦੇਖੋ ਕਿੱਦਾਂ ਵੱਡਾ ਸਾਮਰਾਜ ਸੀ ਅਸ਼ੋਕਾ ਦਾ ਅਸੀਂ ਫੋਟੋ ਦੇਖੀ ਸੌਥ ਦੇ ਕੁਝ ਏਰੀਆ ਨੂੰ ਛੱਡ ਕੇ ਪੂਰਾ ਇਧਰ ਤੁਹਾਡੇ ਪਾਕਿਸਤਾਨ ਅਫਗਾਨਿਸਤਾਨ ਨੇਪਾਲ ਕਿੰਨਾ ਵੱਡਾ ਸਾਮਰਾਜ ਸੀ ਹੁਣ ਜਿੰਨਾ ਵੱਡਾ ਸਾਮਰਾਜ ਉਹਨੂੰ ਹੁਣ ਕਾਬੂ ਵਿੱਚ ਰੱਖਣਾ ਜੋੜ ਕੇ ਰੱਖਣਾ ਉਨਾ ਹੀ ਮੁਸ਼ਕਲ ਹੁੰਦਾ ਉਹਦੇ ਲਈ ਪ੍ਰੋਪਰ ਪੋਲੀਟੀਕਲ ਤੇ ਇਕਨੋਮਿਕ ਸੰਸਥਾਵਾਂ ਇੰਸਟੀਚੂਸ਼ਨਸ ਹੋਣੇ ਚਾਹੀਦੀ ਹੈ ਆਰਥਿਕ ਇਸ ਲਈ ਕਿ ਪੈਸੇ ਦੇ ਲੋੜਾ ਸਿਆਸੀ ਇਸ ਲਈ ਕਿ ਉਹਨਾਂ ਨੂੰ ਆਪਸ ਵਿੱਚ ਜੋੜ ਕੇ ਰੱਖਣਾ ਕਿਉਂਕਿ ਹਰ ਜੁਨਟ ਚਾਹੇਗਾ ਕਿ ਅਸੀਂ ਟੁੱਟ ਕੇ ਆਪਣਾ ਅਲੱਗ ਬਣ ਜਾਈਏ ਅਲੱਗ ਦੇਸ਼ ਬਣ ਜਾਈਏ ਆਪਣਾ ਅਲੱਗ ਦੇਸ਼ ਬਣਾ ਲਈਏ ਬਗਾਵਤਾਂ ਆਮ ਹੋ ਜਾਂਦੀਆਂ ਉਸ ਵੇਲੇ ਤੇ ਇਹਨਾਂ ਨੂੰ ਕੱਪ ਵਿੱਚ ਰੱਖਣ ਲਈ ਪ੍ਰੋਪਰ ਸਿਸਟਮ ਹੋਣਾ ਚਾਹੀਦਾ ਤੇ ਕਾਬਿਲ ਰਾਜਾ ਹੋਣਾ ਚਾਹੀਦਾ ਠੀਕ ਹੈ ਜੀ ਇਹ ਕਿਹਾ ਜਾਂਦਾ ਸੀ ਕਿ ਅਸ਼ੋਕ ਦੀਆਂ ਬੋਧੀ ਪੱਖੀ ਨੀਤੀਆਂ ਨੇ ਬ੍ਰਾਹਮਣਾਂ ਦਾ ਬ੍ਰਾਹਮਣਾ ਵਿੱਚ ਵਿਰੋਧ ਪੈਦਾ ਕੀਤਾ। ਜਾਂ ਇਸ ਨੀਤੀਆਂ ਕਾਰਨ ਅਸ਼ੋਕ ਬ੍ਰਾਹਮਣਾ ਦੇ ਵਿਰੁੱਧ ਹੋ ਗਿਆ। ਫਿਰ ਬ੍ਰਾਹਮਣਾ ਨੇ ਪੁਸ਼ਯ ਮਿਤ੍ਰ ਸੁੰਗ ਦੀ ਅਗਵਾਈ ਵਿੱਚ ਇੱਕ ਕ੍ਰਾਂਤੀ ਲਿਆਂਦੀ। ਇਹ ਵੀ ਇੱਕ ਮਤ ਹੈ ਜੀ। ਪਰ ਅਸ਼ੋਕ ਨੇ ਕਦੇ ਵੀ ਬ੍ਰਾਹਮਣਾ ਦੇ ਵਿਰੁੱਧ ਕੰਮ ਨਹੀਂ ਕੀਤਾ ਸੀ। ਇਹ ਕਹਿਣਾ ਕਿ ਅਸ਼ੋਕ ਦੀ ਅਹਿੰਸਾ ਦੀ ਨੀਤੀ ਨੇ ਉਸ ਦੀ ਫੌਜ ਦੀ ਲੜਾਈ ਦੇ ਜਜ਼ਬੇ ਨੂੰ ਘਟਾ ਦਿੱਤਾ ਸੀ ਉਸ ਦੇ ਵਿਰੁੱਧ ਇੱਕ ਹੋਰ ਤੋਰch ਸੀ ਵੀ ਉਹਨਾਂ ਅਹਿੰਸਾ ਦੀ ਨੀਤੀ ਲਿਆ ਆਂਦੀ ਤਾਂ ਉਹਦੀ ਫੌਜ ਵਿੱਚ ਕੀ ਆ ਲੜਨ ਦਾ ਜਜ਼ਬਾ ਘਟ ਗਿਆ ਇਹ ਵੀ ਗੱਲ ਨਹੀਂ ਹੈ ਉਹ ਬੜਾ ਪ੍ਰੈਗਮੈਟਿਕ ਸੀ ਪ੍ਰੈਗਮੈਟਿਕ ਹੁੰਦਾ ਜੀ ਵਿਵਹਾਰਵਾਦੀ ਵਿਵਹਾਰਵਾਦੀ ਉਹਨੂੰ ਰੀਅਲ ਲਾਈਫ ਦਾ ਪਤਾ ਸੀ ਉਹਨੂੰ ਪਤਾ ਸੀ ਕਿ ਜੇ ਸਿਸਟਮ ਚਲਾਉਣਾ ਹੈ ਤਾਂ ਕੀ ਕੀ ਗੱਲਾਂ ਚਾਹੀਦੀਆਂ ਆ ਪਰ ਅਸ਼ੋਕ ਨੇ ਸ਼ਾਂਤੀਵਾਦੀ ਨੀਤੀ ਦੀ ਪਾਲਣਾ ਕਰਨ ਦੇ ਬਾਵਜੂਦ ਸ਼ਾਂਤੀ ਉਹ ਚਾਹੁੰਦਾ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪ੍ਰਸ਼ਾਸਨ ਚਲਾਉਣਾ ਨਹੀਂ ਜਾਣਦਾ ਸੀ ਉਹ ਆਪਣੇ ਸਾਮਰਾਜ ਉੱਤੇ ਆਪਣਾ ਕੰਟਰੋਲ ਕਦੇ ਵੀ ਢਿੱਲਾ ਨਹੀਂ ਉਸਨੇ ਕੀਤਾ ਆਪਣੇ ਸਾਮਰਾਜ ਉੱਤੇ ਆਪਣਾ ਕੰਟਰੋਲ ਕਦੇ ਵੀ ਉਸਨੇ ਢਿੱਲਾ ਨਹੀਂ ਕੀਤਾ ਪ੍ਰੋਪਰ ਕੰਟਰੋਲ ਰੱਖਿਆ ਚਾਹੇ ਉਹ ਭਿਖਸ਼ੂ ਬਣ ਗਿਆ ਚਾਹੇ ਉਹ ਧਾਰਮਿਕ ਬੋਧੀ ਸਥਾਨਾਂ ਦੀ ਯਾਤਰਾ ਕਰਦਾ ਸੀ ਪਰ ਟਾਈਮ ਟੂ ਟਾਈਮ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਮੀਟਿੰਗ ਵੀ ਕਰਦਾ ਰਹਿੰਦਾ ਸੀ ਵੀ ਸਿਸਟਮ ਕਿਸ ਤਰ੍ਹਾਂ ਚੱਲਦਾ ਪਿਆ ਆ ਇਸ ਲਈ ਮੌਰੀਆ ਸਾਮਰਾਜ ਦੇ ਪਤਨ ਲਈ ਸਿਰਫ ਅਸ਼ੋਕ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੋ ਸਕਦਾ ਕਿਉਂਕਿ ਅਸ਼ੋਕ ਆਦਰਸ਼ਵਾਦੀ ਨਾਲੋਂ ਬਿਹਰੇ ਵਿਵਹਾਰਵਾਦੀ ਸੀ ਆਦਰਸ਼ ਹੁੰਦਾ ਜੀ ਬਿਲਕੁਲ ਐਕਸਟ੍ਰੀਮ ਗੱਲਾਂ ਕਰ ਦੇਣਾ ਕਿ ਇਸ ਤਰ੍ਹਾਂ ਦੀ ਚੀਜ਼ ਹੋਵੇ ਆਦਰਸ਼ ਸ਼ਾਂਤੀ ਹੋਵੇ ਅਹਿੰਸਾ ਹੋਵੇ ਪਰ ਰਿਐਲਿਟੀ ਇਹ ਆ ਕਿ ਅਸੀਂ ਜੇ ਅਹਿੰਸਾ ਦੀ ਗੱਲ ਕਰਦੇ ਹਾਂ ਪਰ ਸਾਡਾ ਜਿਹੜਾ ਦੁਸ਼ਮਣ ਆ ਉਹ ਅਹਿੰਸਾ ਦੀ ਗੱਲ ਨਹੀਂ ਕਰਦਾ ਫਿਰ ਉਸ ਵੇਲੇ ਜ਼ਰੂਰੀ ਹੋ ਜਾਂਦਾ ਕਿ ਤੁਹਾਡੇ ਕੋਲ ਪ੍ਰੋਪਰ ਪਾਵਰ ਹੋਵੇ ਉਹ ਪ੍ਰੈਗਮੈਟਿਕ ਸੀ ਉਹ ਵਿਵਹਾਰਵਾਦੀ ਸੀ ਠੀਕ ਹੈ ਜੀ ਹੁਣ ਗੱਲ ਕਰਦੇ ਆ ਜੀ ਪਤਨ ਦੇ ਕਾਰਨ ਮੌਰੀਆ ਸਾਮਰਾਜ ਦੇ ਪਤਨ ਦੇ ਕਈ ਕਾਰਨ ਹਨ ਜਿਵੇਂ ਕਿ ਕਮਜ਼ੋਰ ਉਤਰਾਧਿਕਾਰੀ ਸਾਮਰਾਜ ਦੀ ਵੰਡ ਸਾਮਰਾਜ ਆਪਸ ਵਿੱਚ ਵੰਡਿਆ ਗਿਆ ਅਤੇ ਅਸ਼ੋਕ ਦੇ ਰਾਜ ਤੋਂ ਬਾਅਦ ਪ੍ਰਸ਼ਾਸਨ ਦਾ ਸਹੀ ਢੰਗ ਨਾਲ ਨਾ ਚੱਲਣਾ ਦੇਖੋ ਜਿੰਨਾਂ ਕੋ ਪਾਵਰ ਆ ਜਾਂਦੀ ਹੈ ਨਾ ਉਹ ਫਿਰ ਆਪਣੀ ਇੰਜੋਇਮੈਂਟ ਪੈ ਜਾਂਦੇ ਆ ਜਿਹੜੇ ਸਾਡੇ ਆਫੀਸਰਸ ਹੁੰਦੇ ਆ ਉਹ ਫਿਰ ਜਨਤਾ ਨਾਲ ਕਈ ਵਾਰ ਮਾੜਾ ਸਲੂਕ ਵੀ ਕਰਨ ਲੱਗ ਜਾਂਦੇ ਆ ਮੈਂ ਤਾਂ ਰਾਜਾਂ ਦੀ ਮੈਂ ਤਾਂ ਰਾਜਵੰਸ਼ ਨਾਲ ਸਬੰਧਿਤ ਤਾਂ ਤੇ ਉਹ ਫਿਰ ਜਨਤਾ ਨੂੰ ਟੰਗ ਪਰੇਸ਼ਾਨ ਵੀ ਕਰਨ ਲੱਗ ਜਾਂਦੇ ਆ ਤੇ ਹੌਲੀ-ਹੌਲੀ ਫਿਰ ਜਨਤਾ ਵਿੱਚ ਰੋਸਪ੍ਰੀ ਆ ਜਾਂਦਾ ਠੀਕ ਹੈ ਨਾ ਪ੍ਰਸ਼ਾਸਨ ਦਾ ਸਹੀ ਟੰਗ ਨਾਲ ਨਾ ਚੱਲਣਾ ਇਹ ਵੀ ਇੱਕ ਵੱਡਾ ਕਾਰਨ ਸੀ ਤੇ ਸਾਮਰਾਜ ਦੀ ਵੰਡ ਵੰਡ ਹੁਣ ਛੋਟੇ-ਛੋਟੇ ਕਿਸਿਆਂ ਵਿੱਚ ਅਸੀਂ ਦੇਖਿਆ ਕਿ ਵੰਡਿਆ ਗਿਆ ਈਸਟਰਨ ਤੇ ਵੈਸਟਰਨ ਅਲੱਗ-ਅਲੱਗ ਵੰਡਿਆ ਗਿਆ ਤਾਂ ਫਿਰ ਕੀ ਆ ਇੱਕ ਸੈਂਟਰਲਾਈਜ਼ ਪਾਵਰ ਨਹੀਂ ਰਹਿੰਦੀ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਕਿ ਸਿਕੰਦਰ ਦੇ ਹਮਲੇ ਦੌਰਾਨ ਉੱਤਰ ਪੱਛਮ ਭਾਰਤ ਵਿੱਚ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਅੱਛਾ ਜੀ ਇਨ੍ਹਾਂ ਕਾਰਨਾਂ ਦੇ ਸੁਮੇਲ ਨੇ ਕਿਉਂਕਿ ਇੱਕ ਕਾਰਨ ਨਹੀਂ ਕਈ ਕਾਰਨ ਇਕੱਠੇ ਚੱਲਦੇ ਆ। ਇਨ੍ਹਾਂ ਕਾਰਨਾਂ ਦੇ ਜਾਂ ਕਾਰਕਾਂ ਦੇ ਕਲਪ ਹੋ ਗਿਆ ਜੀ ਰੀਜ਼ਨ। ਇਨ੍ਹਾਂ ਕਾਰਕਾਂ ਦੇ ਸੁਮੇਲ ਨੇ ਮੌਰੀਆ ਸਾਮਰਾਜ ਦੇ ਪਤਨ ਨੂੰ ਤੇਜ਼ ਕਰ ਦਿੱਤਾ। ਅਤੇ ਪੁਸ਼ਯ ਮਿੱਤਰ ਸੁੰਗ ਨੂੰ ਮੌਰੀਆ ਸ਼ਕਤੀ ਨੂੰ ਦੂਰ ਕਰਨ ਅਤੇ ਸੁੰਗਾ ਰਾਜਵੰਸ਼ ਦੀ ਸਥਾਪਨਾ ਕਰਨ ਵਿੱਚ ਸਹਾਇਤਾ ਕੀਤੀ। ਪੁਸ਼ਯ ਮਿੱਤਰ ਸਿੰਘ ਸੁੰਗ ਮੋਡਰਨ ਐਡਮਿਨਿਸਟ੍ਰੇਸ਼ਨ ਵਿੱਚ ਸੈਨਾਪਤੀ ਸੀ ਆਖਰੀ ਮੌਰੀਆ ਕਿੰਗ ਬ੍ਰਿਹਾਰਤ ਰਤ ਦਾ ਸੈਨਾਪਤੀ ਸੀ ਇਸ ਨੇ ਬ੍ਰਿਹਾਰਤ ਰਤ ਨੂੰ ਮਾਰ ਦਿੱਤਾ ਤੇ ਸ਼ਾਸਨ ਆਪਣੇ ਹੱਥ ਵਿੱਚ ਲੈ ਲਿਆ ਇਹ ਬ੍ਰਾਹਮਣ ਸਿਪਾਈ ਕਾਸਟ ਠੀਕ ਹੈ ਜੀ ਤਾਂ ਹੁਣ ਕਹਿੰਦਾ ਮਤਲਬ ਪਹਿਲਾਂ ਥੋੜਾ ਪੋਤਿਆਂ ਦਾ ਦਬਦਬਾ ਸੀ ਹੁਣ ਬ੍ਰਾਹਮਣ ਦਾ ਦਬਦਬਾ ਹੋ ਗਿਆ ਸਿੰਪਲ ਬ੍ਰਾਹਮਣ ਦਾ ਕਹਾਂਗੇ ਹੁਣ ਇਹਨਾਂ ਨੇ ਆਪਣਾ ਮਤਲਬ ਇਹਨਾਂ ਦਾ Hindu ਧਰਮ ਸੀ Hindu ਧਰਮ ਹਾਲਾਂਕਿ Hindu terminology ਬਾਅਦ ਵਿੱਚ ਆਈ ਆ ਤੇ ਬ੍ਰਾਹਮਣੀ ਕਲ ਰਿਵਾਈਵਲ ਹੋ ਗਿਆ ਇਹ ਕਹਿ ਸਕਦੇ ਹਾਂ ਠੀਕ ਤੇ ਹੁਣ ਕੀ ਆ ਸੰਗ ਰਾਜਪੰਚਤੀ ਸਥਾਪਨਾ ਹੋ ਗਈ ਠੀਕ ਹੈ ਜੀ ਇਸੇ ਨਾਲ ਹੀ ਇਹ ਚੈਪਟਰ ਖਤਮ ਹੁੰਦਾ ਜੀ ਨੈਕਸਟ ਕਲਾਸ ਵਿੱਚ ਨਵਾਂ ਚੈਪਟਰ ਲੈ ਕੇ ਆਵਾਂਗੇ ਅੱਜ ਲਈ ਇਨਾ ਹੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ